ਭਾਜੀ ਆਪਣਾ ਕਿੰਨਾ ਮਾਡਲ ਆ? ਇਹ 2014 ਮਾਡਲ ਆ। 2014 ਮਾਡਲ ਆ ਤੇ ਇਹਦਾ ਆਸਕਿੰਗ ਪ੍ਰਾਈਸ ਕਿੰਨਾ ਆਪਣਾ? 24000 ਦਾ। 24000 ਦਾ, ਠੀਕ ਹੈ ਜੀ। ਤੇ ਅੱਗੇ ਬਹੁਤ ਵਧੀਆ ਬਾਈਕ ਆ ਇਹ, ਬਜਾਜ ਵਾਲੇ ਵਿਕਰਾਂਤ, ਰੈੱਡ ਤੇ ਬਲੈਕ ਹੈਗੇ ਕੰਬੀਨੇਸ਼ਨ ਕਲਰ ਦਾ, ਬਹੁਤ ਪਿਆਰੀ ਲੱਗ ਰਹੀ ਹੈ, ਸਾਫ ਕੰਡੀਸ਼ਨ 'ਚ ਪਈ ਹੈ ਬਾਈਕ। ਅਤੇ ਭਾਅ ਜੀ ਇਹਦਾ ਆਪਣਾ ਕਿੰਨੇ ਕਿਲੋਮੀਟਰ ਚੱਲੀ ਹੋਈ ਹੈ ਰਨਿੰਗ? ਇਹ 14000 ਕਿਲੋਮੀਟਰ, 14000 ਕਿਲੋਮੀਟਰ ਚੱਲੀ ਹੈ। ਅਤੇ ਮਾਡਲ ਕਿੰਨਾ ਭਾਅ ਜੀ? 2018 ਮਾਡਲ ਆ। ਅਤੇ ਇਹਦਾ ਆਸਕਿੰਗ ਪ੍ਰਾਈਸ? 42000 ਦੀ। ਬਾਕੀ ਨੈਗੋਸ਼ੀਏਬਲ ਕਰ ਲਾਂਗੇ ਨਾ ਆਪਾਂ ਬਹਿ ਕੇ ਗੱਲ। ਅਤੇ ਚਲੋ ਜਿਹੜੀ ਨੈਕਸਟ ਬਾਈਕ ਆ, ਬਹੁਤ ਜ਼ਿਆਦਾ ਪਿਆਰੀ ਬਾਈਕ ਆ, ਇਹ ਮੈਂ ਕਹਾਂਗਾ ਭਾਅ ਜੀ ਨੂੰ ਇਹਦਾ ਸ਼ੋਟ ਦਿਖਾਇਆ ਜਾਵੇ ਬਾਈਕ ਦਾ, ਬਹੁਤ ਖੂਬਸੂਰਤ ਬਿਊਟੀ ਰੋਇਲ ਇਨਫੀਲਡ ਦੀ। ਅਤੇ ਅਸੀਂ ਅਤੇ ਭਾਅ ਜੀ ਆਪਣਾ ਜਿਹੜਾ ਬਾਈਕ ਦਾ ਬਲੈਕ ਕਲਰ ਦਾ, ਇਹ ਰੋਇਲ ਇਨਫੀਲਡ ਬੁਲਟ, ਠੀਕ ਹੈ ਜੀ, ਠੀਕ ਹੈ ਜੀ। ਅਤੇ ਆਪਣਾ ਕਿੰਨੇ ਕਿਲੋਮੀਟਰ ਚੱਲਿਆ ਹੋਇਆ? 7000 ਕਿਲੋਮੀਟਰ ਚੱਲਿਆ। ਅਤੇ ਆਪਣੀ ਇਹਦੀ ਡਿਮਾਂਡ ਕੀ ਹੈ ਬਾਈਕ ਦੀ? 2019 ਮਾਡਲ ਹੈ, 1.5 ਲੱਖ। 1.5 ਲੱਖ ਰੁਪਏ ਦਾ ਆ? 1.5 ਲੱਖ, ਠੀਕ ਆ। ਬਾਕੀ ਕਰ ਲਉਂਗੇ ਨਾ ਤੁਸੀਂ ਬਹਿ ਕੇ ਟੇਬਲ 'ਤੇ। ਅਤੇ ਆਪਣਾ ਜਿਹੜਾ ਨੈਕਸਟ ਬਾਈਕ ਆ, R15 Yamaha। ਅਤੇ ਇਹ ਆਪਣਾ ਮਾਡਲ ਕਿੰਨਾ ਭਾਅ ਜੀ? 2014 ਮਾਡਲ ਆ। 2014 ਮਾਡਲ ਆ। ਅਤੇ ਇਹਦਾ ਆਪਣਾ ਪ੍ਰਾਈਸ ਕੀ ਰੱਖਿਆ ਆਪਾਂ? ਇਹਦਾ ਪ੍ਰਾਈਸ 70000 ਰੁਪਇਆ, ਠੀਕ ਆ। ਅਤੇ ਅੱਗੇ ਜੇਕਰ ਆਪਾਂ ਗੱਲ ਕਰੀਏ, ਜਿੰਨੀਆਂ ਵੀ ਬਾਈਕ ਖੜੀਆਂ ਨੇ ਉੱਚੀ ਰੇਂਜ ਸਟਾਰਟ ਹੋ ਜਾਏਗੀ, 70000 ਤੋਂ ਲੈ ਕੇ 80000 ਲੱਖ ਤੱਕ ਹੋ ਜਾਏਗੀ ਸਟਾਰਟ ਇਹਦੀ, ਹੈ ਨਾ, ਇਹਦੀ ਰੇਂਜ ਚੱਲੇ ਜਾਏਗੀ। ਅਤੇ ਸਾਰੀਆਂ ਸਪੋਰਟਸ ਬਾਈਕਸ ਵੀ ਵਿੱਚ ਆਉਣਗੀਆਂ, ਰੋਇਲ ਇਨਫੀਲਡ ਵੀ ਹੋਏਗੀ। ਪਹਿਲੀ ਜੇਕਰ ਬਾਈਕ ਦੀ ਗੱਲ ਕਰੀਏ, ਬਹੁਤ ਪਿਆਰੀ ਬਾਈਕ ਹੈ ਮੇਰੇ ਸਾਹਮਣੇ ਖੜੀ, ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਬਾਈਕ। ਬਾਕੀ ਤੁਸੀਂ ਇਹਦਾ ਸ਼ੋਟ ਦੇਖ ਸਕਦੇ ਹੋ, ਰੈੱਡ ਅਤੇ ਵਾਈਟ ਕਲਰ ਕੋਂਬੀਨੇਸ਼ਨ ਆ, 2 ਕਲਰ ਕੋਂਬੀਨੇਸ਼ਨ ਆ। ਅਤੇ ਗੱਲ ਕਰਦੇ ਹਾਂ ਭਾਅ ਜੀ ਤੋਂ ਪੁੱਛਦੇ ਹਾਂ ਇਹਦੇ ਬਾਈਕ ਬਾਰੇ। ਇਹ ਹੋਂਡਾ CBR ਆ, ਠੀਕ ਹੈ ਜੀ। ਇਹ 2014 ਮਾਡਲ ਆ, 2014 ਮਾਡਲ ਆ, 14000 ਚੱਲਿਆ। ਇਹਦਾ ਪ੍ਰਾਈਸ 70000 ਰੁਪਇਆ। 70000 ਰੁਪਇਆ, 70000 'ਚ ਤੁਹਾਨੂੰ ਇਸ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਕੋਈ ਬਾਈਕ ਵਧੀਆ ਮਿਲ ਸਕਦੀ ਹੈ। ਬਹੁਤ ਸਾਫ਼ ਕੰਡੀਸ਼ਨ 'ਚ ਪਈ ਆ, ਬਾਕੀ ਤੁਸੀਂ ਆਪੇ ਆ ਕੇ ਇੱਥੇ ਵਿਜ਼ਿਟ ਕਰੋ, ਦੇਖੋ, ਤੁਹਾਨੂੰ ਕੋਈ ਨਾ ਤੁਸੀਂ ਮਨ ਬਣਾਓ, ਤੁਹਾਨੂੰ ਇੱਕ ਨਾ ਇੱਕ ਬਾਈਕ ਜ਼ਰੂਰ ਪਸੰਦ ਆਏਗੀ, ਤੁਸੀਂ ਲੈ ਕੇ ਹੀ ਜਾਓਗੇ। ਅਤੇ ਆਪਾਂ ਜੇਕਰ ਅਗਲੀ ਬਾਈਕ ਦੀ ਗੱਲ ਕਰੀਏ, ਇਹ ਵੀ ਬਹੁਤ ਪਿਆਰੀ ਬਾਈਕ ਹੈ, ਨਿਊ ਹੀ ਹੈ, ਬਲੈਕ ਕਲਰ ਦੀ ਹੈਗੀ ਹੈ, ਪੁੱਛਦੇ ਹਾਂ ਭਾਅ ਜੀ ਨੂੰ ਇਹਦੇ ਬਾਰੇ। ਇਹ ਯਾਮਾ R15 Version 3 ਆ, ਠੀਕ ਆ ਜੀ। ਅਤੇ ਇਹਦਾ ਆਪਣਾ ਭਾਅ ਜੀ ਆਪਣਾ ਇਹ ਮਾਡਲ 2019 ਮਾਡਲ ਆ, 2019 ਮਾਡਲ ਆ, 4000 ਕਿਲੋਮੀਟਰ ਚੱਲਿਆ। ਅਤੇ ਭਾਅ ਜੀ ਮਾੜੀ ਬਾਈਕ ਸਟਾਰਟ ਕਰਕੇ ਦਿਖਾਇਓ, ਮਾੜੀ ਜੀ ਕਿਉਂ ਕਹਿ ਦਿੰਦੇ ਬਾਈਕ ਦੀ ਬਾਈਕ ਦੀ ਆਵਾਜ਼ ਕਾਫੀ ਜ਼ਿਆਦਾ ਲਾਊਡ ਆ, ਅਤੇ ਪਿਆਰੇ ਵੀ ਕਾਫੀ ਲੱਗ ਰਹੇ ਆ। ਅਤੇ ਇਹਦੀਆਂ ਜਿਹੜੀ ਲਾਈਟਸ ਦੇਖੋ, ਵਾਈਟ ਕਲਰ ਦੀਆਂ, ਬਾਈਕ ਆਪਣੇ ਆਪ ਜੀ ਜੈਨੂਅਨ ਪਾਰਟਸ ਦੇਖੋ, ਕਿੰਨੇ ਸਾਫ ਕੰਡੀਸ਼ਨ 'ਚ ਪਏ ਨੇ। ਅਤੇ ਬਾਈਕ ਆਪਣੇ ਆਪ 'ਚ ਇੱਕ ਮੋਨਸਟਰ ਲੱਗਦੀ ਹੈ, ਮੋਨਸਟਰ ਵਾਂਗ ਕਹਿ ਲਓ, ਇੱਕ ਮੋਨਸਟਰ ਹੀ ਖੜਾ ਆਪਣੇ ਆਪ 'ਚ। ਅਤੇ ਅੱਗੇ ਜੇਕਰ ਹੁਣ ਗੱਲ ਕਰੀਏ, ਸਾਰੇ ਬੁਲਟ ਦੀ ਰੇਂਜ ਸਟਾਰਟ ਹੋ ਜਾਏਗੀ, 2 ਬੁਲਟਸ ਖੜੇ ਨੇ ਇੱਥੇ ਮੇਰੇ ਸਾਹਮਣੇ ਖੜੇ ਨੇ। ਪਹਿਲੇ ਗੱਲ ਜੇਕਰ ਗੱਲ ਕਰੀਏ ਬੁਲਟ ਦੀ, ਤੇ ਬੁਲਟ ਸਟੈਂਡਰਡ 2018 ਮਾਡਲ, ਸਟੈਂਡਰਡ 2018 ਮਾਡਲ ਆ। ਅਤੇ ਆਪਣਾ ਇਹ ਕਿੰਨੇ ਕਿਲੋਮੀਟਰ ਚੱਲਿਆ ਹੋਇਆ? 3000 ਕਿਲੋਮੀਟਰ ਚੱਲਿਆ, 3000 ਕਿਲੋਮੀਟਰ ਚੱਲਿਆ। ਅਤੇ ਇਹਦਾ ਪ੍ਰਾਈਸ ਕੀ ਆ? 1,40,000 ਦਾ। 1,40,000। ਅਤੇ ਅਗਲਾ ਜਿਹੜਾ ਬਾਈਕ ਆ, ਇਹ ਬੁਲਟ ਕਲਾਸਿਕ ਹੈ, ਕਲਾਸਿਕ ਹੈ। ਅਤੇ ਇਹ ਆਪਣਾ
ਇਹ ਕਿੰਨੇ ਇਹਦਾ ਕਿੰਨਾ ਮਾਡਲ ਹੈ? 2014 ਮਾਡਲ ਹੈ। 2014 ਮਾਡਲ ਤੇ ਇਹਦੀ ਜੇਕਰ ਪ੍ਰਾਈਸ ਦੀ ਗੱਲ ਕਰੀਏ ਕਾਫੀ ਜ਼ਿਆਦਾ ਚਰਚਾ ਰਹਿੰਦੀ ਸੀ ਬਾਈਕ ਦੀ। ਪਲਸਰ ਜਦੋਂ ਪਲਸਰ ਦਾ ਨਾਮ ਆਉਂਦਾ ਸੀ ਹਰ ਕੋਈ ਮਤਲਬ ਪਲਸਰ ਲੈਣ ਬਾਰੇ ਸੋਚਦਾ ਸੀਗਾ। ਤੇ ਇੱਥੇ ਵੀ ਭਾਅ ਜੀ ਤੋਂ ਦੋ ਦੋ ਪਲਸਰ ਪਏ ਨੇ। ਮੈਂ ਪਹਿਲਾਂ ਪਲਸਰ ਦੀ ਗੱਲ ਕਰਾਂਗਾ। ਇਹ ਕਿਹੜਾ ਭਾਅ ਜੀ ਮਾਡਲ ਆ? ਇਹ 2015 ਮਾਡਲ ਆ, 150 ਪਲਸਰ। 150 ਪਲਸਰ ਆ। ਤੇ ਆਪਣਾ ਇਹਦਾ ਕਿੰਨੇ ਕਿਲੋਮੀਟਰ ਚੱਲਿਆ? ਆਪਣਾ ਇਹ 20,000 ਕਿਲੋਮੀਟਰ 20,000 ਕਿਲੋਮੀਟਰ ਚੱਲਿਆ। ਤੇ ਇਹਦੀ ਆਪਣਾ ਪ੍ਰਾਈਸ ਕੀ ਹੈ, ਡਿਮਾਂਡ ਰੱਖੀ ਕਸਟਮਰ? ਇਹ 30,000 ਦਾ ਜੀ। 30,000 ਰੁਪਏ ਦਾ, ਠੀਕ ਆ। ਤੇ ਨੈਕਸਟ ਬਾਈਕ ਜਿਹੜਾ ਹੈਗਾ ਆ, ਇਹ ਬਿਲਕੁਲ ਨਿਊ ਕੰਡੀਸ਼ਨ ਦੇ ਵਾਂਗ ਲੱਗਦਾ, ਸਾਫ ਪਿਆ ਹੋਇਆ ਸਾਹਮਣੇ ਦੇਖੋ। 2018 ਮਾਡਲ ਆ ਪਲਸਰ, ਦੂਜੇ ਪਾਸੇ ਗੱਲ ਕਰੀਏ ਆਪਾਂ, ਇੱਥੇ ਬਲੈਕ ਤੇ ਵਾਈਟ ਕਲਰ ਚ ਖੜਾ ਹੋਇਆ, ਇਹ ਵੀ ਆਪਣੇ ਆਪ ਚ ਸੀਬੀਆਰ ਜੈਡ, ਇਹ ਵੀ ਬਹੁਤ ਪਿਆਰਾ ਬਾਈਕ ਹੈਗਾ ਆ। ਤੁਸੀਂ ਇੱਕ ਵਾਰੀ ਇਹਦੀ ਲੁੱਕ ਦੇਖੋ, ਇਹਦੇ ਸ਼ੋਟ ਦੇਖੋ, ਕਿੰਨਾ ਵਧੀਆ ਆ, ਪਿਆਰਾ ਬਾਈਕਸ ਆ, ਹੈਵੀ ਬਾਈਕਸ ਆ। ਅਤੇ ਸਪੋਰਟ ਕੈਟਾਗਰੀ 'ਚ ਹੀ ਆਉਂਦਾ ਇਹ ਵੀ ਜਿਹੜਾ ਬਾਈਕ ਹੈਗਾ। ਅਤੇ ਇਹਦੇ ਬਾਰੇ ਭਾਅ ਜੀ ਤੋਂ ਪੁੱਛਦੇ ਹਾਂ। ਇਹ CBR 150 ਆ। ਇਹ CBR 150 ਹੈਗਾ। ਅਤੇ ਭਾਅ ਜੀ ਇਹਦਾ ਸਪੀਡੋਮੀਟਰ ਦਿਖਾਓ ਇੱਕ ਵਾਰੀ, ਮਤਲਬ ਕਿੰਨੇ ਕਿਲੋਮੀਟਰ ਚੱਲਿਆ। ਤੁਸੀਂ ਇੱਕ ਵਾਰ ਦੱਸ ਦਿਓ, ਕੋਈ ਗੱਲ ਨਹੀਂ। ਇਹ 15,000 ਕਿਲੋਮੀਟਰ ਚੱਲਿਆ। 15,000 ਕਿਲੋਮੀਟਰ ਚੱਲਿਆ। ਅਤੇ ਇਹਦਾ ਜਿਹੜਾ ਆਪਣਾ ਪ੍ਰਾਈਸ ਕੀ ਹੈ, ਡਿਮਾਂਡ ਕੀ ਹੈ ਕਸਟਮਰ ਲਈ? ਇਹ 50,000 ਦਾ। 50,000 ਦਾ ਹੈਗਾ। ਅਤੇ ਇਸ ਤੋਂ ਬਾਅਦ ਅੱਗੇ ਇੱਕ ਹੈਗਾ ਇੰਟਿਊਡਰ ਆਪਣੇ ਕੋਲ ਖੜਾ, ਇਹ ਵੀ ਬਹੁਤ ਵਧੀਆ ਬਾਈਕ ਦਾ, ਸੁਜ਼ੂਕੀ ਵਾਲਿਆਂ ਦਾ ਹੈਗਾ ਆ। ਅਤੇ ਕਾਫੀ ਇਹ ਵੀ ਹੈਵੀ ਮਸ਼ੀਨਰੀ 'ਚ ਆਉਂਦਾ ਆ, ਤੁਸੀਂ ਆਪ ਹੀ ਦੇਖ ਸਕਦੇ ਹੋ, ਇਹਦੀ ਸ਼ੋਟ ਦੇਖ ਸਕਦੇ ਹੋ ਕਿੰਨਾ ਹੈਵੀ ਹੈ ਬਾਈਕਸ। ਅਤੇ ਜੇਕਰ ਹੁਣ ਇਹਦੀ ਗੱਲ ਕਰੀਏ ਭਾਅ ਜੀ, ਇਹ ਕਿਹੜਾ ਮਾਡਲ ਆ? 2018 ਮਾਡਲ ਆ। ਅਤੇ ਕੁਛ ਕੁ ਸਾਲ ਹੀ ਹੋਏ ਨੇ, ਹੈ ਨਾ, 2 ਸਾਲ ਹੀ ਹੋਏ ਨੇ ਇਸ ਬਾਈਕ ਨੂੰ। ਅਤੇ ਕਿੰਨੇ ਕਿਲੋਮੀਟਰ ਚੱਲਿਆ? 8,000 ਕਿਲੋਮੀਟਰ ਚੱਲਿਆ। ਜੇਕਰ ਇਹਦੀ ਪ੍ਰਾਈਸ ਦੀ ਗੱਲ ਕਰੀਏ, ਇਹ 60,000 ਦਾ। ਅਤੇ 60,000 ਦਾ ਤੁਹਾਨੂੰ ਇੰਟਰਡਰ ਮਿਲ ਜੂਗਾ। ਬਾਕੀ ਤੁਸੀਂ ਆਪਣੇ ਮਨਪਸੰਦ ਜਿਹੜੀਆਂ ਵੀ ਕਈ ਬਾਈਕਸ ਨੇ ਦੇਖ ਸਕਦੇ ਹੋ, ਬਹੁਤ ਸਾਰੀਆਂ ਬਾਈਕਸ ਦੇਖ ਸਕਦੇ ਹੋ ਤੁਸੀਂ। ਜਿਵੇਂ ਇਹਦੀ ਬਾਈਕ ਚਾਹੋਗੇ ਉਹ ਉੱਦਾਂ ਭਾਅ ਜੀ ਪ੍ਰੋਵਾਈਡ ਕਰਾ ਦੇਣਗੇ। ਅਤੇ ਪੂਰੀ ਵੀਡੀਓ ਨੂੰ ਦੇਖਿਆ ਕਰੋ, ਕਈ ਕਹਿੰਦੇ ਨੇ ਕਿ ਹਾਂ ਵੀ ਡਿਟੇਲ ਨਹੀਂ ਦਿਖਾ, ਡਿਟੇਲ ਨਹੀਂ ਦੱਸਿਆ, ਤੁਸੀਂ ਵਿੱਚ ਸਕਿੱਪ ਕਰ ਦਿੰਦੇ ਤਾਂ ਪਤਾ ਨਹੀਂ ਲੱਗਦਾ। ਪੂਰੀ ਵੀਡੀਓ ਦੇਖਿਆ ਕਰੋ, ਸਾਰੀ ਡਿਟੇਲ 'ਚ ਦੱਸਿਆ ਗਿਆ। ਅਤੇ ਐਂਡ 'ਚ ਬਾਕੀ ਮੈਂ ਭਾਅ ਜੀ ਦਾ ਕਾਰਡ ਨੰਬਰ ਪਾ ਦੂੰਗਾ, ਤੁਸੀਂ ਫੋਨ ਕਰਕੇ ਭਾਅ ਜੀ ਨਾਲ ਗੱਲ ਕਰ ਸਕਦੇ ਹੋ, ਬਾਕੀ ਇੱਥੇ ਇੱਕ ਵਾਰੀ ਆ ਕੇ ਵਿਜ਼ਿਟ ਵੀ ਕਰ ਲਓ। ਅਤੇ ਭਾਅ ਜੀ, ਹਾਂਜੀ, ਫਾਈਨਾਂਸ ਫੈਸਿਲਿਟੀਜ਼ ਹੈਗੀ ਹੈ? ਹਾਂਜੀ, ਫਾਈਨਾਂਸ ਫੈਸਿਲਿਟੀਜ਼, ਠੀਕ ਆ ਜੀ, ਫਾਈਨਾਂਸ ਫੈਸਿਲਿਟੀਜ਼ ਹੈਗੀ ਆ। ਅਤੇ ਭਾਅ ਜੀ ਜਿਹੜੇ ਕਿ ਕਈ ਸਵਾਲ ਹੁੰਦੇ, ਜਿਵੇਂ ਹੁਣ ਆਪਣੀਆਂ ਜਿਹੜੀਆਂ ਬਾਈਕਸ ਨੇ, ਕਹਿੰਦੇ ਨੇ ਕਿ ਐਕਸੀਡੈਂਟਲ ਆ ਭਾਅ ਜੀ, ਇੱਦਾਂ ਸਪੀਡ ਉਹਦਾ ਮੀਟਰ ਜਿਹੜਾ ਪਿੱਛੇ ਕੀਤਾ ਗਿਆ ਆ, ਇੱਦਾਂ ਦਾ ਤੁਸੀਂ ਚੈੱਕ ਕਰਵਾ ਸਕਦੇ ਹੋ, ਠੀਕ ਹੈ ਜੀ। ਅਤੇ ਮਕੈਨਿਕ ਵੀ ਆਪਣਾ ਖੁਦ ਦਾ ਮਕੈਨਿਕ ਨਾਲ ਲੈ ਕੇ ਆ ਕੇ, ਮਤਲਬ ਪੂਰੀ ਤੁਸੀਂ ਸਰਟੀਫਿਕੇਸ਼ਨ ਪ੍ਰੋਵਾਈਡ ਕਰਕੇ ਦਿਓਗੇ, ਮਤਲਬ ਇੱਕ ਵਾਰੀ ਜੇ ਕਸਟਮਰ ਆਏਗਾ ਤਾਂ ਤੁਹਾਡੇ ਤੋਂ ਬਾਈਕ ਲੈ ਕੇ ਹੀ ਜਾਏਗਾ ਜੇਕਰ ਉਹ ਦੇਖੇ ਤਾਂ ਵਧੀਆ, ਠੀਕ ਆ ਜੀ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ, ਇਹ ਸਾਡੀ ਤੀਜੀ ਵੀਡੀਓ ਸੀ ਲਗਾਤਾਰ ਇਹਨਾਂ ਦੀ ਸ਼ੋਪ 'ਤੇ, ਕਾਲਰਾ ਆਟੋ ਡੀਲ ਦੇ ਨਾਂ ਨੇ ਨਵੀਂ ਹੁਣ ਇਹਨਾਂ ਦਾ ਨਾਂ ਰੱਖਿਆ ਗਿਆ। ਅਤੇ ਤੀਜੀ ਵੀਡੀਓ, ਜਿੱਦਾਂ ਤੁਸੀਂ ਪਹਿਲਾਂ ਵੀਡੀਓ ਨੂੰ ਦੋ ਪਿਆਰ ਦਿੱਤਾ, ਇਹ ਵੀ ਵੀਡੀਓ ਨੂੰ ਪਿਆਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਆਈ ਹੋਪ ਤੁਸੀਂ ਵਧੀਆ ਹੋਵੋਗੇ ਸਾਰੇ। ਮਿਲਦੇ ਹਾਂ ਅਗਲੀ ਵੀਡੀਓ 'ਚ।